ਤੇ ਮੈਂ ਹੀ ਪਾਲੇ ਕਰਦੀ ਸੀ। ਜਦੋਂ ਦਾ ਕਰਫਿਊ ਲੱਗਾ ਆ ਹੁਣ ਬਿਲਕੁਲ ਤੰਗੀ ਹੋ ਗਈ ਆ, ਨਾ ਕੋਈ ਖਾਣ ਨੂੰ ਮਿਲਦਾ ਨਾ ਕੁਛ। ਜੇ ਥੋੜੀ ਬਹੁਤੀ ਕੋਈ ਕਰ ਦਿੰਦਾ ਮਦਦ ਤੇ ਕਰ ਲਈਦਾ, ਥੋੜਾ ਬਹੁਤਾ ਹੈ ਜਿਹੜੀ ਖਤਮ ਹੋ ਗਿਆ। ਹੁਣ ਕਿੰਨੇ ਦਿਨ ਹੋ ਗਿਆ ਰੋਟੀ ਖਾਧਿਆ ਨੂੰ? ਦੋ ਤਿੰਨ ਦਿਨ ਹੋ ਗਏ। ਨਮਸਕਾਰ, ਤੁਸੀਂ ਦੇਖ ਰਹੇ ਹੋ ਇਨਸਾਫ ਟੀਵੀ। ਕੋਰੋਨਾ ਵਾਇਰਸ ਨੇ ਜਿੱਥੇ ਪੂਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਜਕੜਿਆ ਹੋਇਆ ਹੈ, ਉੱਥੇ ਹੀ ਭਾਰਤ ਸਰਕਾਰ ਵੱਲੋਂ ਪੂਰੇ ਭਾਰਤ ਨੂੰ ਲਾਕਡਾਊਨ ਕਰ ਦਿੱਤਾ ਹੈ ਅਤੇ ਪੂਰੇ ਦੇਸ਼ ਅੰਦਰ ਕਰਫਿਊ ਜਾਰੀ ਕਰ ਦਿੱਤਾ ਹੈ, ਜਿਸਦੇ ਚੱਲਦਿਆਂ ਲੋਕਾਂ ਦੇ ਜੀਵਨ ਦੀ ਰਫ਼ਤਾਰ ਥੰਮ ਗਈ ਹੈ। ਭਾਵੇਂ ਕਿ ਸਰਕਾਰ ਨੇ ਲੋਕਾਂ ਦੇ ਜੀਵਨ ਦੀ ਰੱਖਿਆ ਲਈ ਕੋਰੋਨਾ ਵਾਇਰਸ ਦੀ ਚੈਨ ਨੂੰ ਤੋੜਨ ਲਈ ਅਜਿਹਾ ਕਦਮ ਚੁੱਕਿਆ ਹੈ, ਪਰ ਉੱਥੇ ਹੀ ਕੁਝ ਪਰਿਵਾਰ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਦੇ ਸਿਰ ਉੱਪਰੋਂ ਸਿਰ ਦੇ ਸਾਈਂ ਦਾ ਹੱਥ ਉੱਠ ਚੁੱਕਿਆ ਹੈ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ ਹਨ। ਉਹਨਾਂ ਦੇ ਘਰਾਂ ਵਿੱਚ ਪਤੀ ਦੀ ਮੌਤ ਤੋਂ ਬਾਅਦ ਮਹਿਲਾਵਾਂ ਖੁਦ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀਆਂ ਹਨ ਅਤੇ ਲੋਕਾਂ ਦੇ ਘਰਾਂ ਵਿੱਚ ਮਿਹਨਤ ਮਜ਼ਦੂਰੀ ਕਰਕੇ ਪੇਟ ਪਾਲਦੀਆਂ ਸਨ, ਪਰ ਕਰਫਿਊ ਲੱਗਣ ਕਾਰਨ ਕੰਮ ਛੱਡਣੇ ਪੈ ਗਏ, ਜਿੱਥੇ ਘਰ ਵਿੱਚ ਆਪਣੇ ਬੱਚਿਆਂ ਨਾਲ ਮਜਬੂਰੀ ਵੱਸ ਰਹਿ ਰਹੀਆਂ ਹਨ, ਪਰ ਉਹਨਾਂ ਕੋਲ ਨਾ ਰਾਸ਼ਨ ਅਤੇ ਨਾ ਹੀ ਪੈਸਾ ਧੇਲਾ ਹੈ, ਜਿਸ ਕਾਰਨ ਪਿਛਲੇ 2 ਦਿਨਾਂ ਤੋਂ ਭੁੱਖਿਆ ਹੀ ਸੋਣਾ ਪੈ ਰਿਹਾ ਹੈ। ਜੀ ਹਾਂ, ਐਸੀ ਹੀ ਘਟਨਾ ਸਾਹਮਣੇ ਆਈ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਅੱਬਲ ਖੈਰ ਦੀ, ਜੋ 2 ਬੱਚਿਆਂ ਦੀ ਮਾਂ ਆਪਣੇ ਘਰ ਵਿੱਚ ਰਾਸ਼ਨ ਅਤੇ ਖਰਚਾ ਨਾ ਹੋਣ ਕਾਰਨ ਪਿਛਲੇ 2 ਦਿਨਾਂ ਤੋਂ ਭੁੱਖੀ ਹੀ ਦਿਨ ਕੱਟ ਰਹੀ ਹੈ। ਜੇਕਰ ਕਿਸੇ ਨੇ ਕੁਝ ਦੇ ਦਿੱਤਾ ਤਾਂ ਕੁਝ ਖਾ ਲਿਆ, ਨਹੀਂ ਤੇ ਭੁੱਖੇ ਹੀ ਸੋਣਾ ਪੈ ਰਿਹਾ ਹੈ। ਦੇਖੋ ਸਾਡੇ ਬਿਊਰੋ ਦੀਪਕ ਸੈਣੀ ਦੀ ਖਾਸ ਰਿਪੋਰਟ। ਨਮਸਕਾਰ, ਇਨਸਾਫ ਟੀਵੀ 'ਤੇ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਇਸ ਵੇਲੇ ਮੈਂ ਖੜ੍ਹਾ ਹਾਂ ਉਸ ਗਰੀਬ ਪਰਿਵਾਰ ਦੇ ਕੋਲ ਜਿਨ੍ਹਾਂ ਨੂੰ ਇਹਨਾਂ ਕਲਫੂ ਦੇ ਦੌਰਾਨ ਦੁੱਖਾਂ ਦਾ ਪਹਾੜ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਆ, ਕਿਉਂਕਿ ਜਿਸ ਘਰ ਦੇ ਵਿੱਚ ਮੈਂ ਖੜ੍ਹਾ ਹਾਂ ਇਹਨਾਂ ਦੇ ਜਿਹੜਾ ਆਕਾ ਆ ਜਾਂ ਸਿਰ ਦਾ ਸਾਈਂ ਆ, ਉਸ ਲੇਡੀ ਦੀ ਡੈਥ, ਉਸ ਲੇਡੀ ਦੇ ਸਿਰ ਦੇ ਸਾਈਂ ਦੀ ਕੁਝ ਸਾਲ ਪਹਿਲਾਂ ਬਿਮਾਰੀ ਕਾਰਨ ਡੈਥ ਹੋ ਗਈ ਆ, ਜੋ ਆਪਣੇ ਬੱਚਿਆਂ ਨੂੰ ਆਪਣੀ ਮਿਹਨਤ ਦੇ ਨਾਲ ਪਾਲਦੀ ਪਈ ਸੀ, ਲੋਕਾਂ ਦੇ ਘਰਾਂ ਦੇ ਵਿੱਚ ਮਜ਼ਦੂਰੀ ਕਰਦੀ ਸੀ, ਕੰਮ ਕਰਦੀ ਸੀ, ਲੇਕਿਨ ਜਦ ਦੇ ਇਹ ਕਲਫੂ ਲੱਗੇ ਹੋਏ ਆ, ਕੋਰੋਨਾ ਵਾਇਰਸ ਵਰਗੀ ਬਿਮਾਰੀ ਫੈਲੀ ਆ, ਉਸ ਤੋਂ ਬਾਅਦ ਉਹਦਾ ਕੰਮ ਵੀ ਛੁੱਟ ਗਿਆ ਔਰ ਬਾਹਰ ਜਾਣਾ ਬੰਦ ਹੋ ਗਿਆ, ਲੇਕਿਨ ਘਰ ਦੇ ਵਿੱਚ ਜਿਹੜਾ ਆ ਰਾਸ਼ਨ ਨਾ ਹੋਣ ਕਾਰਨ, ਘਰ ਦੇ ਵਿੱਚ ਖਰਚਾ ਨਾ ਹੋਣ ਕਾਰਨ ਉਹ ਕਿਸ ਤਰ੍ਹਾਂ ਗੁਜ਼ਰ ਰਹੀ ਆ ਅਤੇ ਕਿਸ ਤਰ੍ਹਾਂ ਉਹਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਆ, ਮੈਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਦਿਖਾਉਣਾ ਚਾਹਾਂਗਾ ਅਤੇ ਉਹ ਕੀ ਮਦਦ ਲਈ ਜਿਹੜੀ ਆ ਲੋਕਾਂ ਤੋਂ ਅਪੀਲ ਕਰ ਰਹੀ ਆ, ਕਿਉਂਕਿ ਇਸ ਵੇਲੇ ਉਹ ਇੰਨੀ ਕੁ ਮਜਬੂਰ ਆ ਕਿ ਕਿਸ ਵੇਲੇ ਉਹਨਾਂ ਨੇ ਕਿਤਰਾਂ ਉਹ ਦੁੱਖਾਂ ਦੇ ਬਹਾਰਾਂ ਵਿੱਚੋਂ ਗੁਜ਼ਰ ਰਹੀ ਆ। ਆਓ ਤੁਹਾਨੂੰ ਗੱਲ ਕਰਾਉਂਦੇ ਹਾਂ। ਕੀ ਨਾਂ ਆ? ਜਗੀਰੋ। ਕਿਸ ਤਰ੍ਹਾਂ ਡੈਥ ਹੋਈ ਸੀ? 10 ਸਾਲ ਹੋ ਗਿਆ ਜਦੋਂ ਦਾ ਡੇ ਹੋਏ ਗਿਆ, ਜਿਹਨਾਂ ਦੀ ਮਰੀ ਟੀਵੀ ਹੋ ਗਈ ਸੀ ਅਤੇ ਉਹ ਛੋਟੇ ਛੋਟੇ ਬੱਚੇ ਸੀ ਅਤੇ ਮੈਂ ਹੀ ਪਾਲੇ ਕਰਦੀ ਸੀ ਅਤੇ ਥੋੜ੍ਹਾ ਬਹੁਤਾ ਗੁਜ਼ਾਰਾ ਹੁੰਦਾ ਸੀ ਅਤੇ ਹੁਣ ਜਦੋਂ ਦਾ ਕਰਫਿਊ ਲੱਗਾ ਆ ਹੁਣ ਬਿਲਕੁਲ ਤੰਗੀ ਹੋ ਗਈ ਆ, ਨਾ ਕੋਈ ਖਾਣ ਨੂੰ ਮਿਲਦਾ ਨਾ ਕੁਛ। ਜੇ ਥੋੜ੍ਹੀ ਬਹੁਤੀ ਕੋਈ ਕਰ ਦਿੰਦਾ ਮਦਦ ਤਾਂ ਕਰ ਲਈਦਾ। ਕਿੰਨੇ ਬੱਚੇ ਨੇ? 2 ਬੱਚੇ। 2 ਬੱਚੇ ਕਿੰਨੇ ਦਿਨ ਤੋਂ ਘਰ ਦੇ ਵਿੱਚ ਬੈਠੇ ਹੋ? 2-3 ਦਿਨ ਹੋ ਗਏ।
ਤੇ ਜਿਉਂ ਦਾ ਕਰਫਿਊ ਲਾਗੂ ਹੋਇਆ ਜਦੋਂ ਤਾਂ ਹੁਣ ਆਪਾਂ ਹੀ ਨਹੀਂ ਬਾਹਰ ਨਿਕਲਦੇ ਕੋਈ ਰਾਸ਼ਨ ਪਾਣੀ ਵਗੈਰਾ ਘਰ ਦੇ ਵਿੱਚ ਘਰ ਵਿੱਚ ਹੰਡੀ ਰਾਸ਼ਨ ਪਈ ਜਿਹੜਾ ਕੋਈ ਥੋੜ੍ਹਾ ਬਹੁਤਾ ਹੈ ਜਿਹੜਾ ਖਤਮ ਹੋ ਗਿਆ ਕਿੰਨੇ ਦਿਨ ਹੋ ਗਿਆ ਰੋਟੀ ਖਾਧਿਆ ਨੂੰ ਦੋ ਤਿੰਨ ਦਿਨ ਹੋ ਗਏ ਕਿਹੜੀ ਕਲਾਸ ਚ ਬੱਚੇ ਪੜ੍ਹਦੇ ਆ ਗਿਆਰਵੀਂ ਚ ਵੱਡਾ ਪੜ੍ਹਦਾ ਵਾ ਛੇਵੀਂ ਚ ਨਿੱਕਾ ਪੜ੍ਹਦਾ ਆ ਤੇ ਉਹਨਾਂ ਦੀ ਵੀ ਫੀਸ ਵੀ ਆ ਗਈ ਆ 1300 ਰੁਪਇਆ ਚਲੋ ਅਜੇ ਫਿਲਹਾਲ ਸਕੂਲ ਬੰਦ ਹੈਗੇ ਆ ਅਗਲੇ ਅਪ੍ਰੈਲ ਤੱਕ ਤੁਸੀਂ ਦੱਸੋ ਕਿ ਉਹ ਰੋਟੀ ਦਾ ਕਿਸ ਤਰ੍ਹਾਂ ਚੱਲ ਰਿਹਾ ਹੈ ਰੋਟੀ ਦਾ ਬਹੁਤ ਤੰਗੀ ਆ ਕਿਉਂਕਿ ਕੋਈ ਸਮਾਨ ਨਹੀਂ ਹੈ ਜੇ ਕੋਈ ਹੈਗਾ ਅਤੇ ਅਸੀਂ ਰਹੇ ਬੱਚੇ ਦੇ ਬੇਟਾ ਕੀ ਨਾਮ ਆ ਤੇਰਾ ਮਨਿੰਦਰ ਕੀ ਪ੍ਰੋਬਲਮ ਆ ਰਹੀ ਆ ਮੰਮਾ ਕੋਲ ਖਾਣਾ ਮਿਲ ਰਿਹਾ ਹੈ ਨਹੀਂ ਮਿਲ ਰਿਹਾ ਤੇ ਕਿੰਨੇ ਦਿਨ ਹੋ ਗਿਆ ਪਾਪਾ ਦੀ ਯਾਦ ਆਉਂਦੀ ਆ ਪਾਪਾ ਨੂੰ ਕਿੰਨੇ ਚਿਰ ਹੋ ਗਿਆ ਡੈਥ ਹੋਏ ਨੇ ਦਸ ਸਾਲ ਹੋ ਗਿਆ ਇਹ ਸੀ ਛੋਟਾ ਬੱਚਾ ਜਿਹਨੇ ਕਿਹਾ ਕਿ ਉਹਦੇ ਪਾਪਾ ਦੀ ਡੈਥ ਹੋਣ ਨੂੰ 10 ਸਾਲ ਹੋ ਗਿਆ ਆ ਲੇਕਿਨ ਉਹਦੇ ਮਦਰ ਹੀ ਜਿਹੜੇ ਆ ਸਾਰਾ ਖਰਚਾ ਕਰਦੇ ਪਏ ਆ ਲੇਕਿਨ ਜਦ ਤੱਕ ਕਰੋਨਾ ਵਾਇਰਸ ਜਿਹੜਾ ਆ ਚੱਲਿਆ ਹੋਇਆ ਆ ਬਿਮਾਰੀ ਚੱਲੀ ਹੋਈ ਆ ਉਹ ਤੋਂ ਕਰਫਿਊ ਲਾਗੂ ਹੋਣ ਤੋਂ ਬਾਅਦ ਇਹ ਲੇਡੀ ਜਿਹੜੀ ਘਰ ਵਿੱਚ ਹੀ ਬੈਠੀ ਆ ਅਤੇ ਘਰ ਵਿੱਚ ਬੈਠ ਕੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਪਈ ਆ ਲੇਕਿਨ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਆ ਕਿ ਇਸ ਨੂੰ ਕੋਈ ਰੋਟੀ ਪਾਣੀ ਵਾਸਤੇ ਰਾਸ਼ਨ ਨਹੀਂ ਹੈਗਾ ਕੋਲ ਮੇਰੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਅੱਗੇ ਅਪੀਲ ਆ ਉਹਨਾਂ ਸਮਾਜ ਸੇਵੀ ਅੱਗੇ ਅਪੀਲ ਆ ਜੋ ਜਨਤਾ ਦੇ ਵਿੱਚ ਲੰਗਰ ਵੰਡ ਰਹੇ ਆ ਜਾਂ ਕੁਛ ਸਹਾਇਤਾ ਦੇ ਰਹੇ ਆ ਇਸ ਪਿੰਡ ਅੱਬਲ ਖੈਰ ਵਿੱਚ ਆ ਕੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਜੋ ਸਾਡਾ ਨੰਬਰ ਥੱਲੇ ਲਿਖਿਆ ਉਹਦੇ ਉੱਪਰ ਕੰਟੈਕਟ ਕਰਕੇ ਇਹਨਾਂ ਦੀ ਮਦਦ ਕਰ ਸਕਦਾ ਆ ਕਿਉਂਕਿ 2 ਦਿਨ ਤੋਂ ਇਹ ਫੈਮਿਲੀ ਭੁੱਖੀ ਬੈਠੀ ਆ ਜਿਸ ਕਾਰਨ ਕਰਕੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਆ ਮੇਰੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹ ਵੀ ਕਹਾਂਗਾ ਕਿ ਇਸ ਤਰ੍ਹਾਂ ਹੀ ਕਈ ਪੰਜਾਬ ਦੇ ਵਿੱਚ ਜਿਹੜੇ ਆ ਹੋਰ ਮਜਬੂਰ ਲੋਕ ਹੈਗੇ ਆ ਉਹਨਾਂ ਨੂੰ ਪੁੱਛਿਆ ਜਾਵੇ ਕਿਉਂਕਿ ਸਰਕਾਰ ਨੇ ਤਾਂ ਸਹਾਇਤਾ ਭੇਜੀਆਂ ਹਨ ਲੇਕਿਨ ਸਰਕਾਰ ਦੀਆਂ ਸਹਾਇਤਾ ਇਹਨਾਂ ਤੱਕ ਕਿਸ ਤਰ੍ਹਾਂ ਪਹੁੰਚਣੀਆਂ ਜਾਂ ਪੁੱਜੀਆਂ ਕਿ ਨਹੀਂ ਪੁੱਜੀਆਂ ਉਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪੱਤਰਕਾਰ ਦੀਪਕ ਸੈਣੀ ਨਾਲ ਕੈਮਰਾਮੈਨ ਕਰਨ ਸ਼ਰਮਾ ਦੀ ਰਿਪੋਰਟ